ਸਿਹਤ ਮੁਲਾਜ਼ਮਾਂ ਦੀ ਭੁੱਖ ਹੜਤਾਲ 6ਵੇਂ ਦਿਨ ਵਿੱਚ ਸ਼ਾਮਲ। ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਸਿਹਤ ਮੁਲਾਜ਼ਮ ਕਰਮਚਾਰੀਆਂ ਦੀ ਭੁੱਖ ਹੜਤਾਲ ਅੱਜ 6ਵੇਂ ਦਿਨ ਵਿੱਚ ਸ਼ਾਮਲ ਹੋ ਗਈ ਹੈ। ਉਹਨਾਂ ਕਿਹਾ ਕਿ ਇਹ ਭੁੱਖ ਹੜਤਾਲ 6 ਅਗਸਤ ਤੱਕ ਚੱਲੇਗੀ ਅਤੇ 7 ਅਗਸਤ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਭੇਟ ਪ੍ਰਾਪਤ ਕੀਤਾ ਜਾਵੇਗਾ। ਜਗਜੀਤ ਸਿੰਘ ਜੀ, ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਸਾਨੂੰ ਅੱਜ 6ਵਾਂ ਦਿਨ ਭੁੱਖ ਹੜਤਾਲ ਦਾ ਚੱਲ ਰਿਹਾ ਜੀ। ਅਸੀਂ ਜਿਹੜੇ ਕੱਚੇ ਮੁਲਾਜ਼ਮ ਆ ਉਹਨਾਂ ਨੂੰ ਪੱਕਾ ਕੀਤਾ ਜਾਵੇ, ਜਿਹੜੇ 1263 ਆ ਜੀ ਉਹਨਾਂ ਦਾ ਪ੍ਰੋਵੀਜ਼ਨ ਪੀਰੀਅਡ ਖਤਮ ਕਰਕੇ 2 ਸਾਲਾਂ ਦਾ ਕੀਤਾ ਜਾਵੇ ਜੀ। ਅਤੇ ਕੋਵਿਡ-19 ਦੇ ਦੌਰਾਨ ਅਸੀਂ ਜਿਹੜੇ ਕੰਮ ਕਰ ਰਹੇ ਹਾਂ ਜੀ ਉਹਨਾਂ 'ਚ ਤਰੱਕੀ ਦਿੱਤੀ ਜਾਵੇ। ਹਾਂਜੀ, ਕੀ ਨਾਮ ਤੁਹਾਡਾ? ਮੇਰਾ ਨਾਮ ਰਣਜੀਤ ਕੌਰ ਹੈ। ਮੈਂ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਕੰਟਰੈਕਟ ਵੇਜ 'ਤੇ ਪਿਛਲੇ 10-12 ਸਾਲਾਂ ਤੋਂ ਡਿਊਟੀ ਕਰ ਰਹੀ ਹਾਂ। ਪੰਜਾਬ ਸਰਕਾਰ ਨਾਲ ਪਿਛਲੇ 10-12 ਸਾਲਾਂ ਤੋਂ ਹੀ ਸਾਡਾ ਜਿਹੜਾ ਹੈਗਾ ਇਹ ਸੰਘਰਸ਼ ਚੱਲ ਰਿਹਾ, ਪਰ ਸਾਨੂੰ ਹਰ ਵਾਰ ਟਾਲ ਮਟੋਲ ਕਰਕੇ ਯਾਨੀ ਕਿ ਅੱਗੇ ਤੋਂ ਅੱਗੇ ਲਾਰੇ ਲਾ ਲਾ ਕੇ ਸਾਨੂੰ ਕਰੀ ਜਾ ਰਹੇ ਆ। ਪਰ ਹੁਣ ਅਸੀਂ ਕਰੋਨਾ ਵਰਗੀ ਮਹਾਂਮਾਰੀ ਦੇ ਵਿੱਚ ਫਰੰਟ ਲਾਈਨ 'ਤੇ ਕੰਮ ਕਰ ਰਹੇ ਹਾਂ। ਹਰੇਕ ਜਿਹੜਾ ਹੈਗਾ ਸਮੱਸਿਆ ਉਹ ਮੁਹੱਈਆ ਕਰਾ ਰਹੇ ਹਾਂ ਸਰਕਾਰ ਵੱਲੋਂ, ਜਿਹੜੀ ਯਾਨੀ ਕਿ ਆਮ ਪਬਲਿਕ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਾਈਆਂ ਜਾ ਰਹੀਆਂ, ਪਰ ਸਰਕਾਰ ਸਾਡੀ ਕੋਈ ਗੱਲ ਨਹੀਂ ਸੁਣ ਰਹੀ। ਸਾਨੂੰ 10-12 ਸਾਲਾਂ ਤੋਂ ਜਿਹੜੇ ਲਗਾਤਾਰ ਮਿਹਨਤ ਕਰਦੇ ਆ ਰਹੇ ਮੁਲਾਜ਼ਮਾਂ ਉਹਨਾਂ ਨੂੰ ਪੱਕਾ ਕਰਨ ਦੀ ਬਜਾਏ ਪੰਜਾਬ ਸਰਕਾਰ ਨੇ ਹੁਣ ਨਵੀਆਂ 600 ਪੋਸਟ ਕੱਢ ਦਿੱਤੀਆਂ ਇਹਨਾਂ ਦੀਆਂ। ਜਦਕਿ ਚਾਹੀਦਾ ਇਹ ਸੀਗਾ ਕਿ ਜਿਹੜੇ ਅਸੀਂ ਲੋਕ ਹਾਂ 10-12 ਸਾਲ ਤੋਂ ਕੰਮ ਕਰ ਰਹੇ ਹਾਂ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਪੱਕੀਆਂ ਸ਼ੀਟਾਂ 'ਤੇ ਐਡਜਸਟ ਕੀਤਾ ਜਾਣਾ ਚਾਹੀਦਾ ਸੀ, ਅਤੇ ਜਿਹੜੀ 600 ਸ਼ੀਟ ਹੈਗੀ ਆ ਉਹਨਾਂ ਨੂੰ ਅਲੱਗ ਤੌਰ 'ਤੇ ਭਰਤੀ ਕਰਨਾ ਚਾਹੀਦਾ ਸੀ। ਸਾਨੂੰ ਜਿਹੜੀ ਹੈਗੀ ਹੈ ਨਵੀਂ ਭਰਤੀ ਦੇ ਨਾਲ ਕੋਈ ਵਿਰੋਧ ਤਾਂ ਨਹੀਂ ਹੈ, ਪਰ ਅਸੀਂ ਇਹ ਚਾਹੁੰਦੇ ਹਾਂ ਕਿ ਪਹਿਲ ਦੇ ਆਧਾਰ 'ਤੇ ਜਿਹੜੇ ਪਿਛਲੇ ਮੁਲਾਜ਼ਮ ਆ ਉਹਨਾਂ ਨੂੰ ਪੱਕਾ ਕੀਤਾ ਜਾਵੇ। ਇੱਕ ਜਿਹੜੇ ਸਾਡੇ 1263 ਹੈਗੇ ਆ ਮੇਲ ਵਰਕਰ ਜਿਨ੍ਹਾਂ ਦੀ ਨਵੀਂ ਭਰਤੀ ਹੈ ਉਹਨਾਂ ਦਾ ਪਰਮਿਸ਼ਨ ਪੀਰੀਅਡ ਆ ਜਿਹੜਾ ਉਹ 3 ਸਾਲ ਤੋਂ ਘਟਾ ਕੇ 2 ਸਾਲ। ਬਠਿੰਡਾ ਸਰਕਾਰੀ ਮੇਲ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।